ब्रेक तो बाद एक बार फिर तो अंदाज दें कि आज पंजाब कैबिनेट श्री करतारपुर साहब नतमस्तक होने पहुंची। हालांकि मुख्यमंत्री चरणजीत चन्नी डेरा बाबा नानक पहुंच चुके ने, लेकिन हाले तक वो दर्शन करने लिए नहीं जा सके ने, क्योंकि हाले इस लैके स्थिति जड़ी है स्पष्ट नहीं हो पाई है। लेकिन किते ना किते करतारपुर लांघे नु लैके एक बार फिर सियासत होंदी नजर आ रही है, क्योंकि इस वफद दे जाण तो पहला भाजपा आगुआ का वफद जड़ा है वह दर्शन लिए रवाना हो गया है। एक कुछ देर पहला दी तस्वीर जो करतारपुर के दर्शन के लिए रवाना बीजेपी का वफद होया, तमाम आगू अश्विनी शर्मा की अगवाई दे विच इक्की मैंबरी वफद जड़ा है वह पाकिस्तान लिए रवाना होया। रजिंदर तालिबल लगातार बने हुए हैं, तस्वीर से जानकारी दर्शकों तक पहुंचने। रजिंदर इस वेले की हुण अपडेट आ रही है, मुख्यमंत्री चरणजीत चन्नी दे बारे के दर्शन करने के लिए इजाजत मिली है, जानगे वो अज? जी बिल्कुल राधा, चरणजीत सिंह चन्नी चंडीगढ़ तो पंजाब तो डेरा बाबा नानक पहुँच चुके हैं। अजे चाह दे प्याले की सांझ पाई जा रही है, पर अजे तक जी दुविधा आ ज्यों दी त्यों ही बरकरार दिखाई दे रही है। अजे तक कोई भी कोई अगों हरी झंडी दिखाई मिलती नहीं दे रही। कदों पहला टाइम 10 बजे का टाइम दिता गया सीगा कि 10 बजे पंजाब के मुख्यमंत्री सरदार चरणजीत सिंह चन्नी टर्मीनल ते पहुँचणगे और 1 बजे 3 घंटिया बाद जी वापसी होएगी और 1 बजे वापसी से जिहड़ा लोक संपर्क है उन्हां वल्लों प्रैस कॉन्फ्रेंस का भी प्रोग्राम रख्या गया सीगा, पर हुण 1 घंटे तो वध दी देरी हो चुकी है और भाजपा का जिहड़ा वफद आउण दे कारण जिहड़ा आ इह बड़ा उन्हां दा रहस जिहा कायम हो गया कि 52 मैंबर जाने सीगे जिहड़े VVIP जाने सीगे, पर 21 मैंबर हुण उन्हां दे विच शामिल हो गए ने। इस कारण जिहड़े चन्नी वजारत दे विच अज जिहड़े जीरां नूं जां MLA जां MP नूं उन्हां वल्लों तैयार कीता गया सी उन्हां दे विचों कईआं नूं कट वज सकदा और 3 दिनां दा इह प्रोग्राम हो सकदा और जिहड़ा प्रोग्राम हुण लिखिया जाणा उह 100 मैंबरां दी जिहड़ी लिस्ट गई आ उस नूं वी अजे तक पूरी पाक वल्लों झंडी हरी झंडी नहीं दित्ती गई। उह BJP दे वफद करके ਉਹ ਰੁਕਾਵਟ ਪਾਈ ਗਈ ਹੈ ਜਾਂ ਕਿਉਂ ਪਈ ਹੈ ਇਹ ਤਾਂ ਹੁਣ ਸਮਾਂ ਹੀ ਦੱਸੇਗਾ, ਪਰ ਫਿਲਹਾਲ ਜਿਹੜੀਆਂ ਨੇ ਰੁਕਾਵਟਾਂ ਜਿਉਂ ਦੀਆਂ ਤੂੰ ਹੀ ਬਰਕਰਾਰ ਦਿਖਾਈ ਦੇ ਰਹੀਆਂ ਨੇ। ਅਜੇ ਤੱਕ ਕੋਈ ਵੀ ਸ਼ਰਧਾਲੂ ਜਿਹੜਾ ਆ ਟਰਮੀਨਲ ਤੋਂ ਅੱਗੇ ਨਹੀਂ ਗਿਆ, ਅਜੇ ਸ਼ਰਧਾਲੂ ਜਿਹੜੇ ਇੰਤਜ਼ਾਰ ਕਰ ਰਹੇ ਨੇ। ਪੰਜਾਬ ਦੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਜਦੋਂ ਟਰਮੀਨਲ 'ਤੇ ਪਹੁੰਚਣਗੇ ਉਹਨਾਂ ਦੇ ਨਾਲ ਕੌਣ ਕੌਣ ਜਾਂਦਾ, ਉਹ ਇਸ ਦੇਰੀ ਦਾ ਕਾਰਨ ਕੀ ਦੱਸਦੇ ਨੇ, ਕਿਉਂ 3 ਹਿੱਸਿਆਂ ਦੇ ਵਿੱਚ ਵਜ਼ਾਰਤ ਨੂੰ ਵੰਡਿਆ ਗਿਆ ਆ, ਸਿੱਧੂ ਫੈਕਟਰ ਕੰਮ ਕਰ ਰਿਹਾ, ਭਾਜਪਾ ਦਾ ਫੈਕਟਰ ਕੰਮ ਕਰ ਰਿਹਾ ਕਿ ਕੋਈ ਹੋਰ ਸਿਆਸਤ ਖੇਡੀ ਜਾ ਰਹੀ ਆ। ਇਸ 'ਤੇ ਅਜੇ ਰਹੱਸ ਬਿਲਕੁਲ ਜਿਉਂ ਦਾ ਤਿਉਂ ਕਾਇਮ ਹੈ, ਪਰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਜਦੋਂ 2019 'ਚ ਮਨਾਇਆ ਜਾਂਦਾ, ਉਸ ਤੋਂ ਬਾਅਦ ਮੁੜ ਲਾਂਘਾ ਜਦੋਂ ਬੰਦ ਹੋ ਜਾਂਦਾ ਫਿਰ ਲਾਂਘੇ ਨੂੰ ਖੋਲ੍ਹਣ ਵਾਸਤੇ ਬੜੀ ਜੱਦੋਜਹਿਦ ਹੋਈ ਆ। ਇਹ ਦੁਬਾਰਾ ਖੁੱਲ੍ਹਿਆ, ਅੱਜ ਦੂਸਰਾ ਦਿਨ ਆ ਔਰ ਦੂਸਰੇ ਦਿਨ ਹੀ ਜਿਹੜੀ ਆ ਦੁਬਧਾ ਬਣੀ ਦਿਖਾਈ ਦੇ ਰਹੀ ਆ। ਆਮ ਜਿਹੜੀ ਸੰਗਤ ਆ, ਆਮ ਸ਼ਰਧਾਲੂ ਜਿਹੜੇ ਨੇ, ਉਹਨਾਂ ਵਾਸਤੇ ਪੋਰਟਲ ਨਹੀਂ ਕੱਲ੍ਹ ਤੱਕ ਖੁੱਲ੍ਹਿਆ, ਬਹੁਤ ਘੱਟ ਖੁੱਲ੍ਹਿਆ, ਜਿਸ ਕਾਰਨ ਉਹਨਾਂ ਦੀ ਗਿਣਤੀ ਟਾਵੀਂ ਟਾਵੀਂ ਆ। ਪਰ ਜਿਹੜੇ ਵਜ਼ੀਰਾਂ ਨੇ, ਜਿਹੜੇ ਮੁੱਖ ਮੰਤਰੀ ਨੇ ਜਾਂ ਜਿਹੜੇ VVIP ਨੇ ਜਾਣਾ ਸੀ ਉਹਨਾਂ ਦੇ ਵਿੱਚ ਟੱਸਰ ਚੱਲਦੀ ਦਿਖਾਈ ਦੇ ਰਹੀ ਆ। ਕੇਂਦਰ ਵੱਲੋਂ ਭਾਵੇਂ ਮਨਜ਼ੂਰੀ ਦਿੱਤੀ ਗਈ ਆ, ਪਰ ਪਾਕ ਵੱਲੋਂ ਵੀ ਮਨਜ਼ੂਰੀ ਜਿਹੜੀ ਆ ਹੋਏਗੀ, ਜਿਸ ਨੂੰ ਹੋਵੇਗੀ ਦੋਨਾਂ ਧਿਰਾਂ ਦੀ ਸਹਿਮਤੀ ਤੋਂ ਬਾਅਦ ਹੀ ਜਿਹੜੇ ਸ਼ਰਧਾਲੂ ਨੇ ਚਾਹੇ ਉਹ VVIP ਨੇ ਚਾਹੇ ਆਮ ਨਾਗਰਿਕ ਨੇ ਉਹਨਾਂ ਨੂੰ ਹੀ ਹਰੀ ਝੰਡੀ ਮਿਲਣੀ ਆ। ਪਰ ਫਿਲਹਾਲ ਜਿਹੜੀ ਆ ਟਰਮੀਨਲ ਦੇ ਉੱਤੇ ਪਹਿਲਾਂ ਇੱਕਦਮ ਜਿਹੜੀਆਂ ਐਕਟੀਵਿਟੀਆਂ ਵੱਧ ਗਈਆਂ ਸਨ, ਤੁਸੀਂ ਦੇਖ ਸਕਦੇ ਹੋ ਕਿ ਹੁਣ ਫਿਰ ਸੁਨਸਾਨ ਪਸਰੀ ਆ। ਹੁਣ ਜਿਹੜੇ ਪੁਲਿਸ ਵਾਲੇ ਅਧਿਕਾਰੀ ਨੇ ਉਹ ਫਿਰ ਬਿਲਕੁਲ ਆਪੋ ਆਪਣੀਆਂ ਪੁਜੀਸ਼ਨਾਂ ਤੋਂ ਆਪੋ ਆਪਣੀ ਜਗ੍ਹਾ 'ਤੇ ਖੜ੍ਹ ਗਏ ਨੇ ਜਾ ਕੇ। ਪਹਿਲਾਂ ਇੱਕਦਮ ਮੁੱਖ ਮੰਤਰੀ ਦੇ ਆਮਦ ਦੀ ਤਿਆਰੀ ਵੀ ਹੋ ਚੁੱਕੀ ਸੀ, ਸਭ ਕੁਛ ਹੋ ਚੁੱਕਾ, ਪਰ ਹੁਣ ਇਹ ਦੇਰੀ ਕਿਉਂ ਹੋ ਰਹੀ ਆ, ਇਸ ਦੇ ਪਿੱਛੇ ਜਿਹੜਾ ਆ ਇਸ ਦੀ ਵਜ੍ਹਾ ਕੀ ਆ, ਇਹ ਕਿਉਂ ਸਾਰੀ ਗੱਲ ਹੋ ਰਹੀ ਆ, ਇਸ ਦਾ ਪਤਾ ਲੱਗੇਗਾ। ਪਰ ਕੁਝ ਵੀ ਹੋਵੇ, ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦਿਦਾਰੇ ਕਰਨ ਦੇ ਲਈ ਅੱਜ ਦੂਸਰੇ ਦਿਨ ਜਿਹੜੇ ਸ਼ਰਧਾਲੂ ਜਾ ਰਹੇ ਨੇ ਉਹ ਕੁਝ ਸ਼ਰਧਾਲੂ ਅੰਦਰ ਜਾ ਚੁੱਕੇ ਨੇ। ਪੰਜਾਬ ਦੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਉਹ ਅੰਦਰ ਪਹੁੰਚਦੇ ਨੇ, ਹੋ ਸਕਦਾ ਉਹਨਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੋਵੇ ਵੀ ਇਕੱਠਾ ਵਫਦ ਜਾਏਗਾ, ਪਰ ਦਿੱਲੀ ਤੱਕ ਜਿੰਨਾ ਚਿਰ ਤੱਕ ਅਜੇ ਤੱਕ ਹਰੀ ਝੰਡੀ ਨਹੀਂ ਹੁੰਦੀ ਉਹਨਾਂ ਚਿਰ ਤੱਕ ਕਿਹੜਾ ਜਾਏਗਾ, ਕਿਹੜਾ ਇੱਥੇ ਰਹੇਗਾ, ਕੌਣ ਦਰਸ਼ਨ ਕਰ ਪਾਏਗਾ, ਕੌਣ ਨਹੀਂ ਕਰ ਪਾਏਗਾ, ਇਸ 'ਤੇ ਰਹੱਸ ਕਾਇਮ ਹੈ। ਕੁਝ ਵੀ ਹੋਵੇ, ਬਾਬੇ ਨਾਨਕ ਦੇ ਜੋ ਫਲਸਫਾ ਦਿੱਤਾ ਸੀ ਸਰਬ ਸਾਂਝੀ ਵਾਲਤਾ ਦਾ, ਅੱਜ ਸਾਨੂੰ ਉਹਨਾਂ 'ਤੇ ਅਮਲ ਕਰਨ ਦੀ ਲੋੜ ਹੈ। ਇੱਥੇ ਸਿਆਸਤ ਦੀ ਜਿਹੜੀ ਆ ਉਹ ਭਾਰੂ ਦਿਖਾਈ ਦੇ ਰਹੀ ਆ, ਕਦੇ ਭਾਰਤ ਪਾਕਿਸਤਾਨ ਦੀ ਕੜੱਤਣ ਵਿੱਚ ਆ ਜਾਂਦੀ ਆ, ਕਦੇ ਦੋਹਾਂ ਮੁਲਕਾਂ ਦੇ ਵਿੱਚ, ਕਸ਼ਮੀਰ 'ਚ ਕਿਤੇ ਗੜਬੜ ਹੁੰਦੀ ਆ, ਅਤੇ ਇਸ ਦਾ ਅਸਰ ਪੰਜਾਬ ਦੇ ਵਿੱਚ ਦਿਖਾਈ ਦਿੰਦਾ। ਤੁਸੀਂ ਦੇਖ ਸਕਦੇ ਕਿ ਕੋਵਿਡ ਦੇ ਕਰਕੇ ਸਾਰੀ ਦੁਨੀਆ ਦੁਬਾਰਾ ਖੁੱਲ੍ਹ ਗਈ ਆ, ਸਾਰੇ ਜਿਹੜੇ ਭਾਵੇਂ ਧਾਰਮਿਕ ਸਥਾਨ ਸੀਗੇ ਭਾਵੇਂ ਪ੍ਰਾਈਵੇਟ ਸਭ ਥਾਂ ਖੁੱਲ੍ਹ ਗਿਆ, ਪਰ ਇੱਥੇ ਫਿਰ ਵੀ ਕੋਵਿਡ ਦੀ ਆੜ ਦੇ ਵਿੱਚ ਕਿੰਨਾ ਚਿਰ ਜਿਹੜਾ ਲਾਂਘਾ ਬੰਦ ਰੱਖਿਆ ਗਿਆ। ਜੇਕਰ 19 ਨਵੰਬਰ ਨੂੰ ਕਿਤੇ 552 ਪ੍ਰਕਾਸ਼ ਪੁਰਬ ਨਾ ਹੁੰਦਾ, ਜੇ ਪੰਜਾਬ ਦੇ ਵਿੱਚ ਸ਼ਾਇਦ ਚੋਣਾਂ ਨਾ ਹੁੰਦੀਆਂ, ਤੇ ਜੀ
किते ना किते सियासत होंदी हुई भी इत्थे पूरी तरह दे नाल नजर आ रही है। मुख्यमंत्री चरणजीत चन्नी जिहड़े ने ओह श्री करतारपुर साहब तक पहुंच चुके ने, लेकिन क्योंकि पहला सवेरे 10 बजे दा समां दस्या जा रहा सी जदों अपनी तमाम वजारत दे नाल उन्होंने दर्शनां लई जाणा सी, लेकिन उस तों पहला जिहड़े पंजाब भाजपा का जो वफद है वह इतने पहुंचा अश्विनी शर्मा की अगवाई के दर्शनों के लिए, और उस तो बाद लगातार जोड़ा है वह सस्पेंस भी बनिया होया कि हूँ कि आगुआन मंजूरी जड़ी है दर्शनों लिए मिलेगी नहीं मिलेगी। और फिलहाल एक होर छोटी ब्रेक लिए रुकने का वक्त है, तुम बने रहो साढ़े।